ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਹੈ ਹੈਡ ਕਨਸਟੇਬਲ ਦੇ ਜਿਹੜੇ ਐਡਮਿਟ ਕਾਰਡ ਆ ਉਹ ਆਊਟ ਹੋ ਚੁੱਕੇ ਨੇ ਮੋਬਾਈਲ ਤੇ ਕਿਵੇਂ ਡਾਊਨਲੋਡ ਕਰਨੇ ਨੇ ਸਿੰਪਲ ਜਿਹਾ ਪ੍ਰੋਸੈਸ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਇਸ ਵੈਬਸਾਈਟ ਉੱਪਰ ਆ ਜਾਣਾ ਇਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਲਿੰਕ ਤੇ ਜਿਵੇਂ ਹੀ ਕਲਿੱਕ ਕਰਾਂਗੇ ਤੁਸੀਂ ਇਸ ਪੇਜ ਉੱਪਰ ਪਹੁੰਚ ਜਾਓਗੇ ਹੁਣ ਆਪਾਂ ਇੱਥੇ ਲੌਗਇਨ ਦਾ ਆਪਸ਼ਨ ਆਪਾਨੂੰ ਮਿਲ ਜਾਂਦਾ ਲੌਗਇਨ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੇ ਪੇਜ ਤੇ ਆਪਾਂ ਪਹੁੰਚ ਜਾਵਾਂਗੇ ਤੇ ਇੱਥੇ ਆਪਾਂ ਨੂੰ ਐਰਰ ਸ਼ੋ ਕਰ ਰਿਹਾ ਇਸ ਤੋਂ ਬਾਅਦ ਆਪਾਂ 3 ਡਾਟ ਤੇ ਕਲਿੱਕ ਕਰਾਂਗੇ ਤੇ ਡੈਸਕਟਾਪ ਵਰਜ਼ਨ ਇੱਥੇ ਆਪਾਂ ਔਨ ਕਰ ਲਾਂਗੇ ਤੇ ਇਸ ਦੇ ਨਾਲ ਹੀ ਆਪਣੀ ਪੂਰੀ ਸਾਈਟ ਖੁੱਲ ਜਾਵੇਗੀ ਇਸ ਤੋਂ ਬਾਅਦ ਆਪਾਂ ਆਪਣੀ ਲੌਗਇਨ ਆਈਡੀ ਅਤੇ ਪਾਸਵਰਡ ਫਿਲ ਕਰਨਾ ਤੇ ਲੌਗਇਨ ਕਰ ਦੇਣਾ ਤੇ ਲੌਗਇਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਪੇਜ ਆਪਣੇ ਸਾਹਮਣੇ ਆ ਜਾਂਦਾ ਬਟ ਆਪਾਂ ਨੂੰ ਇੱਥੇ ਹਟ ਕੋਨਸਟੇਬਲ ਦਾ ਕੋਈ ਵੀ ਆਪਸ਼ਨ ਨਜ਼ਰ ਨਹੀਂ ਆਉਂਦਾ ਇਸ ਤੋਂ ਇਸ ਨੂੰ ਸ਼ੋ ਕਰਨ ਲਈ ਆਪਾਂ ਨੂੰ ਆਲਤੇ ਕਲਿੱਕ ਕਰਨ ਪਵੇਗਾ ਤੇ ਆਲਤੇ ਕਲਿੱਕ ਕਰਾਂਗੇ ਤਾਂ ਨੀਚੇ ਆਪਾਂ ਨੂੰ ਹਟ ਕੋਸਟੇਬਲ ਦਾ ਆਪਸ਼ਨ ਸ਼ੋ ਹੋ ਜਾਂਦਾ ਤੇ ਇਸ ਤੇ ਆਪਾਂ ਹੁਣ ਕਲਿੱਕ ਕਰ ਲੈਂਦੇ ਹਾਂ ਜਿੱਥੇ ਗ੍ਰੀਨ ਲਾਈਨ ਵਿੱਚ ਤੁਹਾਨੂੰ ਯੂਅਰ ਸਿਲੈਕਸ਼ਨ ਲਿਖਿਆ ਹੋਇਆ ਉੱਥੇ ਤੁਹਾਨੂੰ एडिट एंड व्यू ਦਾ অপਸ਼ਨ ਮਿਲ ਜੇਗਾ ਜਿਵੇਂ ਹੀ ਆਪਾਂ ਉਸ ਤੇ ਕਲਿੱਕ ਕਰਾਂਗੇ ਤਾਂ ਉੱਪਰ ਦੋਨੋਂ ਤਿੰਨ অপਸ਼ਨ ਮਿਲ ਜਾਣਗੇ ਐਪਲੀਕੇਸ਼ਨ ਅਤੇ ਆਪਣੀ ਫੀਸ ਦੀ ਡਿਟੇਲ ਅਤੇ ਐਡਮਿਟ ਕਾਰਡ ਐਡਮਿਟ ਕਾਰਡ ਤੇ ਡਾਊਨਲੋਡ ਕਰਕੇ ਤੁਹਾਡਾ ਐਡਮਿਟ ਕਾਰਡ इजीली ਡਾਊਨਲੋਡ ਹੋ ਜਾਵੇਗਾ ਜੇ ਕੋਈ ਦਿੱਕਤ ਆਉਂਦੀ ਹੈ ਇਸ ਨੂੰ ਡਾਊਨਲੋਡ ਕਰਨ ਵਿੱਚ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਐਂ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ